ਚਪਲੀ ਖਵਾਬ
फिर वो बना के ना सर टिक्की जी तो मैं आल दे विच तलया जाना वो भी अदे नाल ही मिलदे जुलदे कहते जी जी मन लगता है कालिया मिर्चा लसन होर कुछ चीजा शामिल क्योंकि मिर्च बिल्कुल हल्की है मशरूम जनाब इन्नी ताकत रोटी इन्नी पैदा कुत पैदा की बड़ी ठंड ठंड थोड़ी दूर है बाकी बहुत अच्छी बड़ी स्टेज बड़ा मजा है यकीन करो तो मजेदार जायका इस चटनी ने बना लिता जी उत्ते पाती ना जी उत्ते चटनी जी पई है ना मैं लगता है जी सारे जायके ए छुपे हुए जी ਜਿਹਨੇ ਸਾਰੇ ਜ਼ੈਕਿਆਂ ਨੂੰ ਬਦਲ ਕੇ ਤੇ ਆਪਣੇ ਰੰਗ ਹੀ ਚੀਰਾ ਮਿਲਿਆ ਸ਼ੁਕਰ ਕਰੋ ਉਹਨਾਂ ਨੇ ਉੱਤੇ ਚਟਨੀ ਪਾ ਦਿੱਤੀ ਨਹੀਂ ਚਟਨੀ ਤੋਂ ਬਗੈਰ ਤੇ ਅਨੁਖੀ ਰੁਖੀ ਡਿਸ਼ ਹੈਗੀ ਮੇਰੇ ਵਾਲਾ ਸਾਹਿਬ ਅਦਮ ਜਦੋਂ ਸੀ ਫੋਟੋ ਵਿੱਚ ਨਹੀਂ ਨਹੀਂ ਰਹੇ ਤਾਂ ਉਹ ਗਾਜਰਾਂ ਬੜੇ ਸ਼ੌਕ ਨਾਲ ਖਾਂਦੇ ਸੀ ਮੈਂ ਪੁੱਛਿਆ ਬਾਬਾ ਜੀ ਕਿਉਂ ਉਹਨੇ ਕਹੀ ਕਿ ਮੈਦੇ ਦਾ ਖੂਨ ਸਾਫ਼ ਕਰਦੀ ਹੈ ਤੁਹਾਡੇ ਦੰਦਾਂ ਦੀ ਜਿਹੜੀ ਨਾ ਐਕਸਰਸਾਈਜ਼ ਹੁੰਦੀ ਹੈ ਦੰਦ ਤੁਹਾਡੇ ਮਜ਼ਬੂਤ ਹੁੰਦੇ ਨੇ ਕੀ ਮਜ਼ਾ ਜੀ ਚਟਨੀ ਉੱਤੇ ਪੈ ਕੇ ਮਸ਼ਰੂਮ ਦੇ ਉੱਤੇ ਕੀ ਸਵਾਦ ਆ ਰਿਹਾ ਕਿਆ ਬਾਤ ਹੈ ਤੋ ਯਕੀਨ ਜਾਣੋ ਕਿ ਜਦੋਂ ਦੇ ਅਸੀਂ ਇੱਥੋਂ ਦੇ ਖਾਣੇ ਖਾਣ ਲੱਗੇ ਸਾਨੂੰ ਤੇ ਆਪਣੇ ਘਰਾਂ ਦੇ ਖਾਣੇ ਚੰਗੇ ਨਹੀਂ ਲੱਗਦੇ ਅਸੀਂ ਤੇ ਇੱਥੋਂ ਖਾਣਾ ਖਾ ਕੇ ਜਾਈਦਾ ਤੇ ਘਰ ਜਾ ਕੇ ਤੇ ਅਸੀਂ ਖਾਂਦੇ ਹੀ ਕੁਝ ਨਹੀਂ ਖਾਣ ਤੇ ਦਿਲ ਕਰਦਾ ਤੇ ਅੱਗੇ ਜਦੋਂ ਦੇਖੀਦਾ ਯਾਰ ਦੇਸੀ ਜਿਹਾ ਖਾਣਾ ਤੇ ਵਲੈਤੀ ਖਾਣਾ ਖਾ ਕੇ ਕਿੱਥੇ ਦੇਸੀ ਖਾਣਾ ਬੜਾ ਫਰਕ ਪੈ ਜਾਂਦਾ ਜੀ ਆਦਤਾਂ ਵਿਗੜ ਜਾਂਦੀਆਂ ਨੇ ਇਹ ਦੇਸੀ ਚ ਮੁਕੰਮਲ ਗਜ਼ਾਈ ਹੈ ਤੇ ਔਰ ਅਗਰ ਬੰਦਾ ਇਹਨੂੰ ਖਾ ਲਵੇ ਤੇ ਯਕੀਨ ਮੰਨੋ ਦੁਪਹਿਰ ਦੇ ਖਾਣੇ ਦੀ ਜ਼ਰੂਰਤ ਹੀ ਪੈ ਅਸੀਂ ਇੱਥੇ ਆਲੂ ਉਬਾਲ ਕੇ ਮਸਾਲਾ ਭੁੱਟ ਕੇ ਉਹਦੇ 'ਚ ਪਾ ਕੇ ਤੇ ਉਹਨੂੰ ਫਰਾਈ ਕਰ ਦਿੰਦੇ ਹਾਂ ਅਤੇ ਉਹ ਉਹਦੇ ਨਾਲ ਜਾਂ ਤਾਂ ਅਸੀਂ ਸਮੋਸਾ ਬਣਾ ਦਿੰਦੇ ਹਾਂ ਅਤੇ ਜਾਂ ਉਹਦੇ 'ਚ ਆਲੂ ਵਾਲਾ ਪਰਾਠਾ ਬਣਾ ਦਿੰਦੇ ਹਾਂ ਜੀ ਮਸ਼ਰੂਮੇ ਦਾ ਖੁੰਬੀ ਦਾ ਐਸਾ ਜ਼ਾਇਕਾ ਜਿਵੇਂ ਕਲੇਜੀ ਨਹੀਂ ਹੁੰਦੀ ਕਲੇਜੀ ਦਾ ਰੰਗ ਹੈਗਾ ਕਲੇਜੀ ਟੈਪ ਕੀ ਵੀ ਬਿਲਕੁਲ ਨਰਮ ਜੀ ਹੈਗੀ ਹੈ ਕਲੇਜੀਆਂ ਹੀ ਹੈ ਫਿਰ ਜੰਬਲ ਦਾ ਸ਼ੌਕ ਨਾਲ ਖਾਂਦਾ ਉਹਦਾ ਵੀ ਰੰਗ ਇਹੋ ਜਿਹਾ ਹੁੰਦਾ ਨਾ ਵੀ ਮਿਰਚਾਂ ਤੇਲ ਦੇ ਵਿੱਚ ਨਾ ਉਹ ਘੱਟ ਨੇ ਨਾ ਕੁਝ ਜ਼ਿਆਦਾ ਹਲਕੀਆਂ ਮਿਰਚਾਂ ਨੇ ਬਿਲਕੁਲ ਮਮੋਲੀ ਜੀਆਂ ਯਾਨੀ ਕਿ ਅਗਰ ਬੁੱਢਾ ਬੰਦਾ ਵੀ ਬੱਚੇ ਵੀ ਇਹਨੂੰ ਖਾ ਸਕਦੇ ਸ਼ੌਕ ਦੇ ਨਾਲ ਐਸੀ ਡਿਸ਼ ਬਣੀ ਹੋਈ ਹੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਹੋਏਗਾ ਕਿ ਅੱਜ ਖੁੰਬੀਆਂ ਦੇ ਨਾਲ ਨਾਲ ਕੀਮਾ ਪੱਕ ਸਕਦਾ ਜਾਂ ਗੋਸ਼ਤ ਪੱਕ ਸਕਦਾ ਹੈ ਕਿਉਂਕਿ ਸਾਡੇ ਇੱਥੇ ਤੇ ਖੁੰਬੀ ਆਈ ਤੱਕ ਮੈਂ ਕਿਸੇ ਨੂੰ ਪਕਾਉਂਦਿਆਂ ਦੇਖੀ ਨਹੀਂ ਹੈ ਤੇ ਮੈਨੂੰ ਅਗਰ ਇਹ ਰੋਜ਼ਾਨਾ ਵੀ ਇਹ ਡਿਸ਼ ਮਿਲ ਜਾਵੇ ਤਾਂ ਮੈਂ ਖਾ ਖਾ ਕੇ ਫਿਰ ਵੀ ਛੱਡਾਂਗਾ ਕਿਉਂਕਿ ਇਹ ਨਹੀਂ ਕਰਾਰੀ ਹੈ ਮਜ਼ੇਦਾਰ ਹੈ ਬੇੜਾ ਬਹੁਤ ਅੱਛਾ ਲੱਗਾ ਮੈਨੂੰ ਬੜਾ ਮਜ਼ਾ ਆ ਰਿਹਾ ਤੇ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਆਪਣਾ ਬੈਲ ਆਇਕਨ ਦਬਾਓ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਆਪਣੀ ਸਿਹਤ ਦਾ ਖਿਆਲ ਰੱਖੋ ਤੰਦਰੁਸਤੀ ਹਜ਼ਾਰ ਨਿਆਮਤ ਹੈ ਸਾਨੂੰ ਤੁਸੀਂ ਇਜਾਜ਼ਤ ਦਿਓ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਏਗੀ ਅੱਲਾਹ